ਮੈਂ ਤੁਹਾਡਾ ਸਵਾਗਤ ਇਸ ਸੈਸ਼ਨ 'ਚ ਕਰਨਾ ਚਾਹੁੰਦਾ ਜਿੱਥੇ ਅਸੀਂ ਵੰਡ ਰਹੇ ਹਾਂ ਯੇਸ਼ੂ ਨੂੰ ਕਿਵੇਂ ਦੂਜਿਆਂ ਨਾਲ ਵੰਡੀਏ। ਇੱਕ ਮਹਾਨ ਕੰਮ ਜੋ ਤੁਸੀਂ ਕਦੇ ਵੀ ਕਰ ਸਕਦੇ ਹੋ ਇਹ ਹੈ ਕਿ ਤੁਸੀਂ ਉਹਨਾਂ ਨੂੰ ਦੱਸੋ ਕਿ ਪਰਮੇਸ਼ੁਰ ਨੇ ਤੁਹਾਡੇ ਲਈ ਕੀ ਕੀਤਾ ਹੈ। ਇੱਕ ਬਹੁਤ ਹੀ ਸ਼ਕਤੀਸ਼ਾਲੀ ਹਥਿਆਰ ਹੈ ਜੋ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ। ਤੁਹਾਡੀ ਕਹਾਣੀ ਮਹੱਤਵਪੂਰਨ ਹੈ, ਨਾ ਸਿਰਫ ਪਰਮੇਸ਼ੁਰ ਲਈ ਬਲਕਿ ਦੂਜੇ ਲੋਕਾਂ ਲਈ ਵੀ। ਪ੍ਰਭੂ ਤੁਹਾਨੂੰ ਲੋਕ ਦੇਵੇਗਾ ਜਿਨ੍ਹਾਂ ਨਾਲ ਤੁਸੀਂ ਵੰਡੋ। ਮੈਂ ਇੱਥੇ ਵੇਨ ਜੈਨਕਿਨਸ ਦੇ ਨਾਲ ਹਾਂ, ਜਿਨ੍ਹਾਂ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਵਾਂ। ਇੱਕ ਇਹੋ ਜਿਹੇ ਵਿਅਕਤੀ ਜਿਨ੍ਹਾਂ ਨੂੰ ਮੈਂ ਬਹੁਤ ਇੱਜ਼ਤ ਦਿੰਦਾ, ਜੋ ਤੁਸੀਂ ਮਸੀਹ ਨੂੰ ਦੂਜਿਆਂ ਨਾਲ ਵੰਡਣ ਵਾਸਤੇ ਆਪਣੇ ਦੇਸ਼, ਆਪਣੇ ਸਮਾਜ, ਆਪਣੇ ਸਟੇਟ 'ਚ ਕੀਤਾ। ਮੇਨ ਇੱਕ ਸਮੱਸਿਆ ਜੋ ਮੈਂ ਵੇਖੀ ਜਦੋਂ ਮੈਂ ਪਾਸਟਰ ਸੀਗਾ, ਮੇਰੀ ਬਾਹਲੀ ਜ਼ਿੰਦਗੀ ਮੈਂ ਪ੍ਰਚਾਰਕ ਰਿਹਾ, ਮੈਂ ਵੇਖਿਆ ਕਿ ਚਰਚ ਦੇ ਬਹੁਤੇ ਲੋਕਾਂ ਦਾ ਅਰਥਪੂਰਵਕ ਸੰਬੰਧ ਨਹੀਂ ਸੀ ਅਵਿਸ਼ਵਾਸੀ ਲੋਕਾਂ ਦੇ ਨਾਲ। ਠੀਕ ਹੈ, ਇਹ ਬੜੀ ਸੁਭਾਵਿਕ ਗੱਲ ਹੈ ਜੋ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਵਿਸ਼ਵਾਸੀ ਬਣ ਜਾਂਦੇ ਹੋ ਤੁਹਾਡੇ ਸਾਰੇ ਮਿੱਤਰ ਹੁੰਦੇ ਨੇ, ਅਤੇ ਫਿਰ ਖੁਸ਼ਖਬਰੀ ਵੰਡਣ ਦਾ ਕੰਮ ਨਵੇਂ ਨਵੇਂ ਵਿਸ਼ਵਾਸੀ ਹੀ ਕਰਦੇ ਨੇ ਵਿਸ਼ਵਾਸੀ। ਪਰ ਜਦ ਤੁਸੀਂ ਆਪਣੇ ਵਿਸ਼ਵਾਸ 'ਚ ਵੱਧਦੇ ਹੋ, ਤੁਸੀਂ ਮਜ਼ਬੂਤ ਸੰਬੰਧ ਬਣਾਉਂਦੇ ਹੋ ਮਸੀਹੀ ਲੋਕਾਂ ਦੇ ਨਾਲ, ਫਿਰ ਤੁਹਾਡਾ ਜਿਹੜਾ ਘੇਰਾ ਹੈ ਉਹ ਛੋਟਾ ਹੁੰਦਾ ਜਾਂਦਾ ਹੈ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜੋ ਤੁਹਾਡੀ ਤਰ੍ਹਾਂ ਮਹਿਸੂਸ ਕਰਦੇ ਨੇ। ਬਹੁਤ ਵਧੀਆ ਹੈ ਅਤੇ ਹੋਣਾ ਵੀ ਚਾਹੀਦਾ ਹੈ, ਪਰ ਸਾਨੂੰ ਇਹਦੇ ਵਿੱਚੋਂ ਨਿਕਲਣਾ ਪਵੇਗਾ। ਸਾਨੂੰ ਲੋਕਾਂ ਦੇ ਨਾਲ ਸੰਬੰਧ ਬਣਾਉਣੇ ਪੈਣਗੇ, ਇਮਾਨਦਾਰ, ਅਸਲੀ ਇਮਾਨਦਾਰੀ ਵਾਲੇ ਸੰਬੰਧ, ਤਾਂ ਕਿ ਮਸੀਹ ਉਹਨਾਂ ਨਾਲ ਵੰਡੀਏ। ਆਓ ਅਸੀਂ ਉਹਨਾਂ ਸੰਬੰਧਾਂ ਬਣਾਉਣ ਬਾਰੇ ਗੱਲ ਕਰੀਏ ਉਹਨਾਂ ਲੋਕਾਂ ਨਾਲ ਜਿਹੜੇ ਸਾਡੀ ਤਰ੍ਹਾਂ ਸੋਚਦੇ ਨਹੀਂ ਆ, ਮਹਿਸੂਸ ਨਹੀਂ ਕਰਦੇ ਆ, ਜੋ ਮਸੀਹ ਨੂੰ ਨਹੀਂ ਜਾਣਦੇ ਨੇ। ਤਾਂ ਅਸੀਂ ਇਹ ਕਿਵੇਂ ਕਰਾਂਗੇ, ਅਸੀਂ ਇਹਨੂੰ ਕਿਵੇਂ ਇਮਾਨਦਾਰ ਰੱਖਾਂ, ਇਹਨਾਂ ਨੂੰ ਇਮਾਨਦਾਰ ਅਸਲੀ ਰੱਖੀਏ। ਪੌਲਸ ਪਹਿਲਾ ਥੈਸਲੋਨੀਕੀ 2:8 ਵਿੱਚ ਕਹਿੰਦਾ ਹੈ ਕਿ ਉਹ ਖੁਸ਼ ਹੈ, ਨਾ ਸਿਰਫ ਉਹਨਾਂ ਨਾਲ ਖੁਸ਼ਖਬਰੀ ਵੰਡਣ ਕਾਰਨ, ਪਰ ਆਪਣੇ ਜੀਵਨ ਨੂੰ ਵੀ ਉਹਨਾਂ ਨਾਲ ਵੰਡਣ ਕਾਰਨ। ਇਹ ਹੈ ਰਿਸ਼ਤਾ ਬਣਾਉਣਾ ਅਤੇ ਵੰਡਣਾ। ਮੈਂ ਸੋਚਦਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਮਦਦ ਕਰ ਸਕਦੀਆਂ ਹਨ। ਪਹਿਲੀ ਹੈ ਕਿ ਜਾਣ ਬੁੱਝ ਕੇ ਕਰੋ। ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਜ਼ਬਰਦਸਤੀ ਕੁਝ ਲੋਕਾਂ ਨੂੰ ਲੱਭਾਂਗਾ, ਇਹਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਮੈਂ ਉਹਨਾਂ ਨਾਲ ਸੰਬੰਧ ਬਣਾਉਣ ਜਾ ਰਿਹਾ। ਹੋ ਸਕਦਾ ਹੈ ਕਿ ਤੁਸੀਂ ਨਵੇਂ ਗਵਾਂਢ ਵਿੱਚ ਆਏ ਹੋ ਸਕਦਾ ਹੈ ਕਿ ਤੁਸੀਂ ਆਪਣੇ ਗਵਾਂਢ ਵਿੱਚ ਕੁਝ ਸਮੇਂ ਤੋਂ ਰਹਿ ਰਹੇ ਹੋ, ਪਰ ਤੁਸੀਂ ਲੋਕਾਂ ਨੂੰ ਨਹੀਂ ਜਾਣਦੇ। ਫਿਰ ਪੌਲਸ ਕਹਿੰਦਾ ਹੈ ਕਿ ਮੈਂ ਸਭ ਲੋਕਾਂ ਲਈ ਸਭ ਕੁਝ ਬਣ ਗਿਆ ਤਾਂ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨੂੰ ਬਚਾ ਸਕਾਂ। ਪੌਲਸ ਕੁਝ ਕੰਮ ਕਰਨ ਲਈ ਤਿਆਰ ਸੀ। ਇਹ ਕਰਨ ਵਾਸਤੇ ਮੈਨੂੰ ਯਾਦ ਆਉਂਦਾ ਹੈ ਇੱਕ ਪਾਸਟਰ ਕਹਿੰਦਾ ਸੀ, ਇੱਕ ਖੇਡ ਉਹਦੀ ਪਿਆਰੀ ਸੀ ਅਤੇ ਉਹ ਖੇਡ ਦੇ ਮੁਕਾਬਲੇ ਵਿੱਚ ਗਿਆ ਅਤੇ ਉਹਦੇ ਵਾਸਤੇ ਉਹਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਕੰਮ ਕਰਨ ਵਾਸਤੇ ਲਾਇਆ ਤਾਂ ਕਿ ਉਹ ਰਿਸ਼ਤੇ ਬਣਾ ਸਕੇ। ਅਤੇ ਉਹਦੇ ਸਟਾਫ ਵਾਲੇ ਕਹਿੰਦੇ ਸੀ ਕਿ ਅਸੀਂ ਕੰਮ ਕਰ ਲਵਾਂਗੇ, ਪਰ ਉਹ ਕਹਿੰਦਾ ਮੈਂ ਬਾਹਰ ਜਾਵਾਂਗਾ ਅਤੇ ਲੋਕਾਂ ਨੂੰ ਲੱਭਾਂਗਾ, ਉਹ ਲੋਕ ਜੋ ਗਵਾਚੇ ਹੋਏ ਨੇ, ਜੋ ਅਵਿਸ਼ਵਾਸੀ ਨੇ। ਅਤੇ ਇਹੀ ਉਹਨੇ ਕੀਤਾ ਅਤੇ ਉਹ ਕਹਿੰਦਾ ਮੈਨੂੰ ਕੁਝ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰੀ ਬੋਲੀ ਸੀ, ਕਈ ਵਾਰੀ ਕੁਝ ਹੋਰ ਚੀਜ਼ਾਂ ਸੀ, ਪਰ ਇਸ ਕਿਰਿਆ ਦੇ ਵਿੱਚ ਉਹ ਕੁਝ ਅਵਿਸ਼ਵਾਸੀ ਲੋਕਾਂ ਨਾਲ ਸੰਬੰਧ ਬਣਾ ਪਾਇਆ ਅਤੇ ਨਤੀਜੇ ਸਵਰੂਪ ਉਹ ਕੁਝ ਨੂੰ ਮਸੀਹ 'ਚ ਵੀ ਲੈ ਕੇ ਆ ਪਾਇਆ, ਕਿਉਂਕਿ ਉਹਨੇ ਇਹ ਜ਼ਬਰਦਸਤੀ ਕੀਤਾ। ਮੈਂ ਸੋਚਦਾ ਵਾਂ, ਤੁਸੀਂ ਜਾਣਦੇ ਹੋ ਕਿ ਇਹ ਰਿਸ਼ਤਿਆਂ ਦਾ ਨਿਰਮਾਣ ਸਾਡੇ ਸੋਚਣ ਤੋਂ ਬੜਾ ਸੌਖਾ ਹੈ, ਕਿਉਂਕਿ ਸਾਡੇ ਚਾਰਾਂ ਪਾਸਿਆਂ ਵਾਲ ਲੋਕ ਨੇ। ਅਤੇ ਤੁਹਾਨੂੰ ਪਤਾ ਹੈ ਜਦ ਮੈਂ ਦੌੜਨਾ ਸ਼ੁਰੂ ਕੀਤਾ, ਗ੍ਰੀਕ ਮੈਰਾਥਨ ਅਤੇ ਹੋਰ ਕੁਝ, ਅਤੇ ਮੈਂ ਇਹ ਗੱਲ ਵੇਖੀ ਕਿ ਦੌੜਾਕਾਂ 'ਚ ਇੱਕ ਰੋਟਰੀ ਹੈ, ਕਿਉਂਕਿ ਕੁਝ ਸਮਾਂ ਹੋ ਗਿਆ ਮੈਨੂੰ ਦੌੜੇ ਨੂੰ, ਇਸ ਕਰਕੇ ਲੋਕ ਮੈਨੂੰ ਨਜ਼ਰਅੰਦਾਜ਼ ਕਰ ਦੇਣਗੇ। ਮੈਂ ਵੇਖਿਆ ਕਿ ਦੌੜਾਕਾਂ 'ਚ ਇੱਕ ਰੋਟਰੀ ਬਣ ਜਾਂਦੀ ਹੈ, ਅਤੇ ਮੈਂ ਵੀ ਵੇਖਿਆ ਕਿ ਆਪਣੀ ਗਵਾਹੀ ਨੂੰ ਉਹਨਾਂ ਦੇ ਨਾਲ ਵੰਡਣਾ ਬਹੁਤ ਹੀ ਸੌਖਾ ਹੈ, ਅਤੇ ਉਹ ਤੁਹਾਡੇ ਕੋਲੋਂ ਸਵਾਲ ਪੁੱਛਦੇ ਨੇ ਕਿਉਂਕਿ ਤੁਸੀਂ ਉਹਨਾਂ ਵਰਗੇ ਹੋ, ਅਤੇ ਉਹ ਸਵਾਲ ਬੜੇ ਇਮਾਨਦਾਰ ਸੀਗੇ। ਅਤੇ ਮੈਂ ਦੱਸਦਾ ਸੀਗਾ ਕਿ ਯੇਸ਼ੂ ਕੌਣ ਹੈ, ਪਰ ਜੇਕਰ ਤੁਸੀਂ ਸਿਰਫ ਇੰਨਾ ਕਹੋ ਪ੍ਰਭੂ ਮੈਂ ਚਾਹੁੰਦਾ ਕਿ ਤੂੰ ਮੈਨੂੰ ਇਸਤੇਮਾਲ ਕਰੇ ਤਾਂ ਕਿ ਮੈਂ ਰਿਸ਼ਤਿਆਂ ਦਾ ਨਿਰਮਾਣ ਕਰ ਸਕਾਂ, ਕੀ ਤੁਸੀਂ ਇਹੀ ਗੱਲ ਕਰ ਰਹੇ? ਇਹੀ ਇੱਕ ਗੱਲ ਹੈ ਪ੍ਰਾਰਥਨਾ ਦੇ ਬਾਰੇ 'ਚ। ਪ੍ਰਾਰਥਨਾ ਕਰੀਏ ਕਿ ਪਰਮੇਸ਼ੁਰ ਦਰਵਾਜ਼ੇ ਖੋਲ੍ਹੇ ਅਤੇ ਅਸੀਂ ਸੰਬੰਧ ਬਣਾ ਸਕੀਏ ਇਹਨਾਂ ਲੋਕਾਂ ਨਾਲ। ਤੁਹਾਨੂੰ ਜਾਣ ਬੁੱਝ ਕੇ ਪ੍ਰਾਰਥਨਾ ਕਰਨੀ ਪੈਣੀ ਅਤੇ ਜਾਣ ਬੁੱਝ ਕੇ ਰਿਸ਼ਤੇ ਬਣਾਉਣੇ ਪੈਣੇ ਆ। ਅਤੇ ਦੂਜੀ ਗੱਲ ਤੁਸੀਂ ਪਹਿਲਾਂ ਹੀ ਦੱਸੀ ਸੀ ਕਿ ਜਦੋਂ ਤੁਸੀਂ ਦੌੜਦੇ ਸੀ, ਤੁਸੀਂ ਉਹਨਾਂ ਲੋਕਾਂ ਪ੍ਰਤੀ ਜਾਗਰੂਕ ਹੋ ਜੋ ਤੁਹਾਡੇ ਆਲੇ ਦੁਆਲੇ ਹਨ। ਤੁਹਾਡੇ ਆਲੇ ਦੁਆਲੇ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਹਨ, ਇਹ ਕੋਈ ਹੋ ਸਕਦਾ ਹੈ ਜਿਸ ਨਾਲ ਤੁਸੀਂ ਕੰਮ ਕਰਦੇ ਹੋ, ਇਹ ਕੋਈ ਹੋ ਸਕਦਾ ਹੈ ਜਿਸ ਨੂੰ ਤੁਸੀਂ ਰੋਜ਼ਾਨਾ ਵੇਖਦੇ ਹੋ। ਹਰ ਵੇਲੇ ਤੁਸੀਂ ਉਹਨਾਂ ਨੂੰ ਆਮ ਜਿਹਾ ਸਮਝਣਾ ਸ਼ੁਰੂ ਕਰ ਦਿੰਦੇ ਹੋ, ਉਹ ਚੰਗੇ ਲੋਕ ਨੇ, ਪਰ ਤੁਹਾਨੂੰ ਉਹਨਾਂ ਦੇ ਨਾਲ ਰਿਸ਼ਤੇ ਦੀ ਸ਼ੁਰੂਆਤ ਕਰਨ ਦੇ ਲਈ ਜ਼ਬਰਦਸਤੀ ਕਰਨੀ ਪੈਣੀ। ਤੁਹਾਨੂੰ ਪਤਾ ਹੈ
ਅਤੇ ਮੈਂ ਫਿਰ ਤੋਂ ਦੌੜਾਕਾਂ ਦੀ ਉਦਾਹਰਣ ਵੱਲ ਜਾਣਾ ਚਾਹੁੰਦਾ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਨਾਲ ਦੌੜਦੇ ਹੋ ਤੇ ਉਹ ਗੱਲਾਂ ਕਰਦੇ ਆ, ਉਹ ਤੁਹਾਨੂੰ ਪਤਾ ਮੈਂ ਉਸ ਔਰਤ ਦੇ ਨਾਲ ਗਿਆ, ਮੈਂ ਇਹ ਕੀਤਾ, ਮੈਂ ਉਹ ਕੀਤਾ, ਇਸ ਤਰ੍ਹਾਂ ਦੇ ਉਸ ਤਰ੍ਹਾਂ, ਅਤੇ ਬਾਅਦ ਦੇ ਵਿੱਚ ਉਹਨੇ ਮੈਨੂੰ ਹਿਲਾਇਆ ਤੇ ਕਹਿੰਦਾ ਸੈਮੀ ਤੇਰੇ ਬਾਰੇ ਕੀ ਹੈ? ਅਤੇ ਤੁਹਾਨੂੰ ਪਤਾ ਮੈਂ ਉਹਨੂੰ ਕੀ ਕਿਹਾ? ਮੈਂ ਕਿਹਾ ਤੈਨੂੰ ਪਤਾ ਇੱਕ ਵੇਰੇ ਮੈਂ ਵੀ ਤੇਰੇ ਵਰਗਾ ਹੁੰਦਾ ਸੀ, ਪਰ ਕੁਝ ਹੋਇਆ ਜਿਹਨੇ ਮੈਨੂੰ ਬਦਲ ਕੇ ਰੱਖ ਦਿੱਤਾ। ਉਹ ਕਹਿੰਦਾ ਕੀ ਹੋਇਆ? ਅਤੇ ਮੈਂ ਉਹਨੂੰ ਆਪਣੀ ਗਵਾਹੀ ਸੁਣਾ ਦਿੱਤੀ। ਤੁਹਾਨੂੰ ਪਤਾ ਇਹੀ ਉਹ ਜਾਗਰੂਕਤਾ ਏ ਅਤੇ ਉਹ ਡਰ, ਅਤੇ ਜਦੋਂ ਤੁਸੀਂ ਜਾਗਰੂਕ ਹੋ ਜਾਂਦੇ ਹੋ ਤੇ ਤੁਸੀਂ ਉਹ ਡਰ ਦੇ ਉੱਤੇ ਜਿੱਤ ਪਾ ਸਕਦੇ ਹੋ। ਆ ਫਿਰ ਵੀ ਜਾਣ ਬੁੱਝ ਕੇ ਕਰੋ, ਸਾਵਧਾਨ ਰਹੋ, ਧਿਆਨ ਰੱਖੋ, ਮਿੱਤਰ ਬਣੋ ਅਤੇ ਕੋਈ ਤਰੀਕਾ ਲੱਭੋ ਜਿਸ ਨਾਲ ਤੁਸੀਂ ਰਿਸ਼ਤਾ ਬਣਾ ਸਕੋ। ਉਹ ਹੋ ਸਕਦੇ ਨੇ ਇਸ ਪਾਸਟਰ ਦੀ ਤਰ੍ਹਾਂ, ਉਹਨੇ ਬੰਦਿਆਂ ਨੂੰ ਉਸ ਕੰਮ ਤੇ ਲਾ ਦਿੱਤਾ। ਹੋ ਸਕਦਾ ਤੁਸੀਂ ਕਿਸੇ ਨੂੰ ਖਾਣਾ ਖਵਾਉਣ ਲਈ ਲੈ ਕੇ ਜਾਓ, ਹੋ ਸਕਦਾ ਏ, ਹੋ ਸਕਦਾ ਏ ਕੋਈ ਜਗ੍ਹਾ ਜਿਹਨੂੰ ਅਸੀਂ ਲੱਭਿਆ ਏ, ਜਿਹਨੂੰ ਅਸੀਂ ਆਪਣੀ ਮੱਛੀਆਂ ਫੜਨ ਵਾਲੀ ਜਗ੍ਹਾ ਕਹਿੰਦੇ ਹਾਂ। ਇਹ ਉਹ ਰੈਸਟੋਰੈਂਟ ਸੀ ਜਿੱਥੇ ਉਹੀ ਵੇਟਰ ਅਤੇ ਵੇਟਰੈਸ ਸੀਗੀਆਂ। ਅਸੀਂ ਉੱਥੇ ਉਹਨਾਂ ਲੋਕਾਂ ਨਾਲ ਰਿਸ਼ਤਾ ਬਣਾਇਆ ਕਿਉਂਕਿ ਅਸੀਂ ਉੱਥੇ ਉਹਨਾਂ ਲੋਕਾਂ ਦੇ ਥਾਂ 'ਤੇ ਗਏ। ਹਰ ਵੇਲੇ ਅਸੀਂ ਰਿਸ਼ਤੇ ਬਣਾਏ ਤਾਂ ਕਿ ਅਸੀਂ ਖੁਸ਼ਖਬਰੀ ਨੂੰ ਸੁਣਾ ਸਕੀਏ। ਇਹ ਉਦਾਰਤਾ ਦੇ ਕੰਮ ਕਰਨ ਦਾ ਤਰੀਕਾ ਲੱਭਣਾ ਹੈ ਕਿ ਉਹਨਾਂ ਨੂੰ ਥਾਵਾਂ 'ਤੇ ਆਉਣ ਦਾ ਸੱਦਾ ਦੇਈਏ ਜਾਂ ਜਾ ਕੇ ਉਹਨਾਂ ਲਈ ਕੁਝ ਕਰੀਏ, ਪਰ ਕਿਸੇ ਤਰੀਕੇ ਨਾਲ ਉਹਨਾਂ ਨਾਲ ਆਪਣੇ ਰਿਸ਼ਤੇ ਨੂੰ ਵਧਾਉਣਾ। ਤੁਸੀਂ ਜਾਣਦੇ ਹੋ ਕਿ ਲੋਕ, ਭਾਵੇਂ ਮੈਨੂੰ ਪਰਵਾਹ ਨਹੀਂ ਕਿ ਉਹ ਕੌਣ ਨੇ, ਇਹਨਾਂ ਨੇ ਕਿਤੇ ਨਾ ਕਿਤੇ ਬਿਮਾਰ ਹੋਣਾ ਹੈ, ਇਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਸਮੱਸਿਆ ਆਉਣੀ ਹੈ, ਇਹਨਾਂ ਦੇ ਵਿਆਹਾਂ ਦੇ ਵਿੱਚ ਸਮੱਸਿਆ ਆਉਣੀ ਹੈ, ਅਤੇ ਸਾਰੀਆਂ ਗੱਲਾਂ। ਅਤੇ ਜੇਕਰ ਤੁਸੀਂ ਇਹਨਾਂ ਸਥਿਤੀਆਂ ਨੂੰ ਵੇਖਦੇ ਹੋ ਤਾਂ ਤੁਸੀਂ ਉਹਨਾਂ ਦੇ ਕੋਲ ਜਾਓ ਅਤੇ ਉਹਨਾਂ ਤੱਕ ਪਹੁੰਚੋ। ਅਤੇ ਕਈ ਵਾਰ ਤਾਂ ਬਸ ਇੰਨਾ ਹੀ ਹੁੰਦਾ ਹੈ ਕਿ ਹੇ ਜੇ ਤੈਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਮੈਂ ਹੈਗਾ। ਅਤੇ ਕਈ ਵਾਰ ਉਹਨਾਂ ਨੂੰ ਕਰਿਆਨੇ ਦੀ ਲੋੜ ਹੁੰਦੀ ਹੈ, ਅਤੇ ਉਹਨਾਂ ਦੀ ਮਦਦ ਕਰੋ ਇਹਦੇ ਵਿੱਚ ਵੀ, ਜੋ ਵੀ ਇਹ ਹੋਵੇ ਅਤੇ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ, ਉਹਨਾਂ ਦੀ ਜ਼ਰੂਰਤ ਵਾਲੀ ਥਾਂ 'ਤੇ ਉਹਨਾਂ ਤੱਕ ਪਹੁੰਚਣਾ। ਹੋਰ ਕੀ? ਅਤੇ ਅਖੀਰਲੀ ਗੱਲ ਹੈ, ਗਵਾਹ ਬਣੋ। ਜੇਕਰ ਤੁਸੀਂ ਦੂਜੇ ਤਿੰਨਾਂ 'ਤੇ ਰੁਕ ਜਾਓਗੇ, ਮੈਂ ਇਸ ਗੱਲ ਤੋਂ ਜਾਣੂ ਹਾਂ ਕਿ ਮੇਰੇ ਆਲੇ ਦੁਆਲੇ ਲੋਕ ਹਨ ਅਤੇ ਮੈਂ ਉਹਨਾਂ ਨਾਲ ਮਿੱਤਰਤਾ ਬਣਾ ਰਿਹਾ। ਜੇਕਰ ਤੁਸੀਂ ਉਹਨਾਂ ਦੇ ਆਲੇ ਦੁਆਲੇ ਖੁਸ਼ਖਬਰੀ ਸੁਣਾਉਣ ਲਈ ਜਾਂਦੇ ਨਹੀਂ ਹੋ, ਤੁਸੀਂ ਉਹਨਾਂ ਨੂੰ ਮਿੱਤਰ ਬਣਾਇਆ, ਯੀਸ਼ੂ ਦੇ ਮਿੱਤਰ ਨਹੀਂ ਬਣਾਇਆ, ਅਤੇ ਅਸੀਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਹੁਣ ਮੈਂ ਆਪਣਾ ਰਿਸ਼ਤਾ ਉਹਨਾਂ ਨਾਲ ਬਣਾ ਲਿਆ। ਮੈਂ ਉਹਨਾਂ ਨੂੰ ਕਹਿ ਸਕਦਾ ਹਾਂ ਕਿ ਆਓ ਅਸੀਂ ਸਾਰੇ ਜਣੇ ਮਿਲ ਕੇ ਬਾਈਬਲ ਸਟੱਡੀ ਵਿੱਚ ਚੱਲਦੇ ਹਾਂ, ਜਾਂ ਕਿਸੇ ਛੋਟੇ ਝੁੰਡ ਵਿੱਚ, ਅਤੇ ਜਾਂ ਮੈਂ ਉਹਨਾਂ ਨੂੰ ਕਹਿ ਸਕਦਾ ਕਿ ਆਓ ਸੰਡੇ ਸਕੂਲ ਚੱਲੀਏ, ਜਾਂ ਮੈਂ ਉਹਨਾਂ ਨੂੰ ਆਰਾਧਨਾ ਸਭਾ 'ਚ ਲੈ ਕੇ ਜਾ ਸਕਦਾ, ਜਾਂ ਕਿਸੇ ਵਿਸ਼ੇਸ਼ ਸਭਾ ਦੇ ਵਿੱਚ, ਜਿੱਦਾਂ ਵੀ ਕੰਮ ਕਰੇ। ਤਾਂ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਮੌਕਾ ਮਿਲਿਆ ਕਿ ਤੁਸੀਂ ਆਪਣੀ ਗਵਾਹੀ ਵੰਡ ਪਾਏ ਉਸ ਵਿਅਕਤੀ ਨਾਲ, ਪਰ ਉਹਨਾਂ ਚੀਜ਼ਾਂ ਨੂੰ ਵਰਤਦੇ ਰਹੋ ਜਿਨ੍ਹਾਂ ਤੱਕ ਸਾਡੀ ਪਹੁੰਚ ਏ, ਉਹਨਾਂ ਸਾਧਨਾਂ ਨੂੰ ਵਰਤੋ ਜੋ ਤੁਹਾਡੇ ਕੋਲ ਹਨ। ਤਾਂ ਹੁਣ ਉਸ ਵਿਅਕਤੀ ਲਈ ਇੱਕ ਗਵਾਹ ਬਣੋ ਅਤੇ ਉਹਨੂੰ ਖੁਸ਼ਖਬਰੀ ਤੋਂ ਜਾਣੂ ਕਰਵਾਓ। ਅਸੀਂ ਗੱਲ ਕੀਤੀ ਸੀ ਆਪਣੇ ਪਹਿਲੇ ਇੱਕ ਸੈਸ਼ਨ ਦੇ ਵਿੱਚ ਕਿ ਅਸੀਂ ਇੱਕ ਮੰਚ ਤਿਆਰ ਕਰੀਏ ਤੇ ਉਹ ਮੰਚ ਸਾਡਾ ਜੀਵਨ ਹੈ ਅਤੇ ਇਹ ਉਹਦਾ ਹਿੱਸਾ ਹੈ। ਠੀਕ ਹੈ, ਸਹੀ ਹੈ, ਬਿਲਕੁਲ ਸਹੀ। ਪਰ ਇੱਕ ਗੱਲ ਏ ਦੁੱਖ ਦੀ ਕਿ ਇੱਕ ਮੰਚ ਤਿਆਰ ਕਰੀਏ ਤੇ ਉਹਨੂੰ ਕਦੇ ਵਰਤੀਏ ਹੀ ਨਾ। ਇਹ ਬਿਲਕੁਲ ਸਹੀ ਹੈ। ਇੱਕ ਮੰਚ ਤਿਆਰ ਕਰਨਾ ਜਿੱਥੇ ਲੋਕ ਜਾਣਨ ਕਿ ਅਸੀਂ ਉਹਨਾਂ ਦੀ ਪਰਵਾਹ ਕਰਦੇ ਹਾਂ, ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ, ਅਸੀਂ ਉਹਨਾਂ ਦੇ ਮਿੱਤਰ ਹਾਂ, ਅਤੇ ਫਿਰ ਉਸੇ ਸੰਦਰਭ ਦੇ ਵਿੱਚ ਅਸੀਂ ਯੇਸ਼ੂ ਨੂੰ ਵੰਡਣਾ ਸ਼ੁਰੂ ਕਰ ਦਿੰਦੇ ਹਾਂ। ਅਤੇ ਮੇਰਾ ਅੰਦਾਜ਼ਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਸੁਣ ਰਹੇ ਨੇ, ਉਹਨਾਂ ਦੇ ਉਸ ਘੇਰੇ ਵਿੱਚ ਪਹਿਲਾਂ ਹੀ ਬਹੁਤ ਬਹੁਤ ਲੋਕ ਹਨ ਉਹਨਾਂ। ਸਹੀ ਹੈ। ਅਤੇ ਇੱਕ ਗੱਲ ਮੈਂ ਤੁਹਾਨੂੰ ਉਤਸ਼ਾਹਿਤ ਕਰਦਾ ਕਿ ਤੁਸੀਂ ਲਿਖੋ ਉਹਨਾਂ ਲੋਕਾਂ ਦੇ ਨਾਮ ਜਿਹੜੇ ਪਹਿਲਾਂ ਹੀ ਤੁਹਾਡੇ ਘੇਰੇ ਵਿੱਚ ਹਨ, ਜਿਨ੍ਹਾਂ ਦੇ ਨਾਲ ਤੁਹਾਨੂੰ ਮਸੀਹ ਵਾਲਾ ਰਿਸ਼ਤਾ ਬਣਾਉਣ ਦੀ ਲੋੜ ਏ। ਉਹ ਲੋਕ ਜਿਨ੍ਹਾਂ ਤੱਕ ਤੁਸੀਂ ਪਹੁੰਚੋਗੇ, ਉਹ ਲੋਕ ਜਿਨ੍ਹਾਂ ਪ੍ਰਤੀ ਤੁਸੀਂ ਜਾਣ ਬੁੱਝ ਕੇ ਕਰੋਗੇ, ਅਤੇ ਉਹਨਾਂ ਲੋਕਾਂ ਦੀ ਇੱਕ ਸੂਚੀ ਬਣਾਉਣੀ ਸ਼ੁਰੂ ਕਰੋ, ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਜਿਵੇਂ ਅਸੀਂ ਪਿਛਲੇ ਚਰਚਨ 'ਚ ਦੱਸਿਆ ਸੀ, ਅਤੇ ਤੁਸੀਂ ਪ੍ਰਭੂ ਨੂੰ ਕਹੋ ਕਿ ਉਹ ਤੁਹਾਨੂੰ ਵਰਤੇ ਉਹਨਾਂ ਦੇ ਜੀਵਨਾਂ 'ਚ, ਕਿ ਤੁਸੀਂ ਮਸੀਹ ਨੂੰ ਉਹਨਾਂ ਨਾਲ ਵੰਡ ਸਕੋ ਅਤੇ ਪਹੁੰਚ ਸਕੋ।